ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਚਿੱਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬ ਦੇ ਜੀਰੇ ਦੇ ਵਿੱਚ ਚੱਲ ਰਿਹਾ ਸਾਂਝਾ ਮੋਰਚਾ ਅਤੇ ਜੀਰਾ ਸ਼ਰਾਬ ਫੈਕਟਰੀ ਦਾ ਮਾਮਲਾ ਬਹੁਤ ਵੱਡਾ ਬਣ ਚੁੱਕਿਆ ਅਤੇ ਇਸ ਮੁੱਦੇ 'ਤੇ ਕਈ ਪਹਿਲੂ ਨੇ। ਜੇਕਰ ਮੈਂ ਗੱਲ ਜੀਰੇ ਦੀ ਕਰਾਂ ਤਾਂ ਪੰਜਾਬ ਦੇ ਜੀਰੇ ਦੇ ਮਨਸੂਰ ਵਾਲਾ ਪਿੰਡ ਦੇ ਵਿੱਚ 2007 ਦੇ ਵਿੱਚ ਇੱਕ ਸ਼ਰਾਬ ਦੀ ਫੈਕਟਰੀ ਲੱਗਦੀ ਹੈ ਅਤੇ ਉਹ ਸ਼ਰਾਬ ਦੀ ਫੈਕਟਰੀ ਦੇ ਖਿਲਾਫ ਅੱਜ ਇੱਕ ਪੱਕਾ ਮੋਰਚਾ ਪਿਛਲੇ 170-72 ਦਿਨਾਂ ਤੋਂ ਜਾਰੀ ਹੈ। ਲਗਭਗ 6 ਮਹੀਨੇ ਹੋ ਗਏ ਉਸ ਅੰਦੋਲਨ ਨੂੰ ਚੱਲਦਿਆਂ, ਪਰ ਸਰਕਾਰ ਨਾ ਗੱਲ ਸੁਣਨ ਨੂੰ ਤਿਆਰ ਹੈ, ਨਾ ਮੰਨਣ ਲਈ ਤਿਆਰ ਹੈ, ਨਾ ਸ਼ਰਾਬ ਦੀ ਫੈਕਟਰੀ ਵਾਲੇ ਇਸ ਗੱਲ ਮੰਨਣ ਲਈ ਤਿਆਰ ਨੇ ਕਿ ਅਸੀਂ ਕੋਈ ਪ੍ਰਦੂਸ਼ਣ ਕਰਦੇ ਹਾਂ। ਪਰ ਪਰਤ ਦਰ ਪਰਤ ਖੁੱਲ੍ਹਦੀਆਂ ਜਾ ਰਹੀਆਂ ਨੇ। ਇੱਕ ਪਾਸੇ ਇਲਾਕੇ ਦੇ ਮੋਟਰਾਂ ਦੇ ਵਿੱਚੋਂ, ਟੂਟੀਆਂ ਦੇ ਵਿੱਚੋਂ, ਨਲਕਿਆਂ ਦੇ ਵਿੱਚੋਂ ਲਾਣ ਵਰਗੀ ਕੱਚੀ ਸ਼ਰਾਬ ਵਰਗਾ ਜ਼ਹਿਰੀ ਪਾਣੀ ਨਿਕਲ ਰਿਹਾ। ਉਸਦਾ ਰੰਗ ਦੱਸਦਾ ਕਿ ਪਾਣੀ ਜ਼ਹਿਰੀ ਹੈ। ਜੇਕਰ ਸਿੱਧਾ ਪਾਣੀ ਗਿਰਦਾ ਵੀ ਹੈ, ਜਿਹੜਾ ਥੱਲੇ ਬੋਰ ਕਰਕੇ ਲੋਕਾਂ ਨੇ ਆਪਣੇ ਘਰੇ ਬੋਰ ਕੀਤੇ ਨੇ, ਜੇ ਉਹ 'ਚੋਂ ਬਾਲਟੀ ਭਰ ਲਓ ਤਾਂ ਬਾਲਟੀ ਭਰਦਿਆਂ ਭਰਦਿਆਂ ਉਸ ਪਾਣੀ ਦਾ ਰੰਗ ਬਦਲ ਜਾਂਦਾ ਹੈ ਅਤੇ ਇਲਾਕੇ ਦੇ ਲੋਕ ਪੀੜਿਤ ਹੋ ਕੇ ਧਰਨਾ ਲਾਉਣ ਲਈ ਮਜਬੂਰ ਹੁੰਦੇ ਨੇ ਅਤੇ ਸਰਕਾਰ ਕਹਿੰਦੀ ਧਰਨਾ ਚੁਕਾਉਣ ਦੇ ਲਈ ਸਾਡੇ ਕੋਲ ਪੁਲਿਸ ਹੈਗੀ, ਪਿਛਲੇ ਦਿਨਾਂ 'ਚ ਪੁਲਿਸ ਦੀ ਵਰਤੋਂ ਕਰਦੀ ਹੈ, ਡੰਡੇ ਦੀ ਵਰਤੋਂ ਕਰਦੀ ਹੈ, ਜ਼ੋਰ ਅਜਮਾਇਸ਼ ਕਰਦੀ ਹੈ। ਅਤੇ ਦੂਸਰੇ ਪਾਸੇ ਜਦੋਂ ਫੈਕਟਰੀ ਮਾਲਕਾਂ ਦੀ ਸੁਣੋ ਤਾਂ ਉਹ ਕਹਿੰਦੇ ਜੀ ਨਿਯਮ ਵੀ ਪੂਰੇ ਕਰਦੇ ਹਾਂ, ਸਾਡੇ ਕੋਲ ਤਾਂ ਸਾਰੀ ਰਿਪੋਰਟ ਵੀ ਹੈਗੀ ਆ, ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਹਰ 6 ਮਹੀਨੇ ਬਾਅਦ ਜਾਂਚ ਕਰਨ ਆਉਂਦਾ, ਸਾਡੇ ਕੋਲ ਸਰਟੀਫਿਕੇਟ ਹੈਗੇ, ਅਸੀਂ ਤਾਂ ਜੀ ਆਪਣਾ ਟ੍ਰੀਟਮੈਂਟ ਸਿਸਟਮ ਵੀ ਲਾਇਆ, ਸਾਰੇ ਨੋਰਮ ਪੂਰੇ ਆ ਜੀ, ਸਾਡੇ 'ਤੇ ਦੋਸ਼ ਝੂਠੇ ਆ। ਪਰ ਮੈਂ ਕੁਝ ਤੱਥ ਰੱਖਣਾ ਚਾਹੁੰਦਾ ਜਨਾਬ, ਜਾਂ ਸਵਾਲ ਕਰਨਾ ਚਾਹੁੰਦਾ ਸੱਤਾ ਨੂੰ, ਸਿਸਟਮ ਨੂੰ, ਉਹਨਾਂ ਵਿਭਾਗਾਂ ਨੂੰ ਅਤੇ ਸ਼ਰਾਬ ਫੈਕਟਰੀ ਨੂੰ। 2007 ਵਿੱਚ ਸ਼ਰਾਬ ਦੀ ਫੈਕਟਰੀ ਇਹ ਲੱਗਦੀ ਹੈ ਜੀਰੇ ਦੇ ਵਿੱਚ, ਅਤੇ 2010 ਦੇ ਵਿੱਚ ਇੱਕ ਕਮੇਟੀ ਉਹਦੇ ਦਫ਼ਤਰ ਪਹੁੰਚਦੀ ਹੈ, ਉਹ ਸ਼ਰਾਬ ਦੀ ਫੈਕਟਰੀ ਦੇ ਵਿਹੜੇ 'ਚ ਪਹੁੰਚਦੀ ਹੈ ਅਤੇ ਉਹ 11 ਮੈਂਬਰੀ ਪੰਜਾਬ ਵਿਧਾਨ ਸਭਾ ਦੀ ਕਮੇਟੀ ਜਦੋਂ ਜਾਂਚ ਕਰਦੀ ਹੈ ਤਾਂ ਉਹ ਜਾਂਚ ਪਾਉਂਦੀ ਹੈ ਕਿ ਸ਼ਰਾਬ ਦੀ ਫੈਕਟਰੀ ਨਿਯਮ ਪੂਰੇ ਨਹੀਂ ਕਰਦੀ ਜੀ, ਇਹ ਜੀ ਮਤਲਬ ਪੋਲਿਊਸ਼ਨ ਫੈਲਾਉਂਦੀ ਹੈ, ਇਹ ਡਿਫਾਲਟਰ ਹੈ ਜੀ, ਇਹ ਧਰਤੀ ਹੇਠ ਪਾਣੀ ਸੁੱਟਦੀ ਹੈ ਜ਼ਹਿਰੀਲਾ। ਅਸਲ 'ਚ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇੱਕ ਮਾਮਲਾ ਆਉਂਦਾ, ਮਾਮਲਾ ਤਰਨ ਤਾਰਨ ਦੀ ਸ਼ਰਾਬ ਫੈਕਟਰੀ ਦੇ ਹਵਾਲੇ ਨਾਲ ਆਉਂਦਾ, ਉਸ ਨੂੰ ਆਧਾਰ ਬਣਾ ਕੇ ਇੱਕ 11 ਮੈਂਬਰੀ ਕਮੇਟੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਬਣਾਈ ਜਾਂਦੀ ਹੈ। ਉਸ ਕਮੇਟੀ ਦੇ ਵਿੱਚ 11 ਮੈਂਬਰਾਂ 'ਚ ਨਕਈ ਸਾਹਿਬ ਨੂੰ ਚੇਅਰਮੈਨ ਲਾਇਆ ਜਾਂਦਾ, ਉਹ 'ਚ ਕੇਵਲ ਢਿੱਲੋਂ ਵੀ ਨੇ, ਉਹ 'ਚ ਅਨਿਲ ਜੋਸ਼ੀ ਵੀ ਨੇ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਨੇ, ਉਸ ਕਮੇਟੀ ਦੇ ਵਿੱਚ ਬਿਰਸਾ ਸਿੰਘ ਬਲਟੋਹਾ ਵੀ ਨੇ। ਉਹ 11 ਮੈਂਬਰੀ ਕਮੇਟੀ ਪੰਜਾਬ ਦੀਆਂ ਵੱਖੋ ਵੱਖ ਖੰਡ ਮਿੱਲਾਂ, ਵੱਖੋ ਵੱਖ ਸ਼ਰਾਬ ਦੀਆਂ ਫੈਕਟਰੀਆਂ ਦੌਰਾ ਕਰਦੀ ਹੈ ਅਤੇ ਉਸੇ ਦੌਰੇ ਦੇ ਤਹਿਤ ਉਹ ਇਹ ਸ਼ਰਾਬ ਦੀ ਫੈਕਟਰੀ ਜੀਰੇ ਵਾਲ 'ਚ ਵੀ ਜਾਂਦੀ ਹੈ ਅਤੇ ਉਹ ਕੀ ਦੇਖਦੇ ਨੇ ਉੱਥੇ ਕਿ ਫਲੈਕਸੀਬਲ ਪਾਈਪਾਂ ਲੱਗੀਆਂ ਹੋਈਆਂ ਨੇ, ਮਤਲਬ ਟ੍ਰੀਟਮੈਂਟ ਪਲਾਂਟ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਬਜਾਏ ਟੈਂਪਰੇਰੀ ਜੁਗਾੜ ਕੀਤਾ ਹੈ ਤਾਂ ਕਿ ਜੇ ਦਿਖਾਉਣਾ ਪਵੇ ਤਾਂ ਦੇਖੋ ਜੀ ਪਾਈਪਾਂ ਲੱਗੀਆਂ, ਨਹੀਂ ਪਾਈਪਾਂ ਖੋਲ੍ਹ ਲਓ। ਕਿਉਂਕਿ ਕਮੇਟੀ ਕਹਿੰਦੀ ਹੈ ਇਹ ਵਿਧਾਨ ਸਭਾ ਦੀ ਕਿ ਅਸੀਂ ਉੱਥੇ ਖੁਦ ਦੇਖਿਆ ਕਿ ਉਹ ਪਾਣੀ ਟ੍ਰੀਟਮੈਂਟ ਪਲਾਂਟ 'ਚ ਲਿਜਾਣ ਦੀ ਬਜਾਏ, ਖਾਸ ਕਰ ਜਦੋਂ ਸ਼ਰਾਬ ਤਿਆਰ ਹੋ ਗਈ ਬੋਤਲਾਂ 'ਚ ਪੈ ਗਈ, ਉਹ ਤੋਂ ਬਾਅਦ ਜਿਹੜਾ ਜ਼ਹਿਰੀਲਾ ਪਾਣੀ ਬਚਦਾ, ਕੈਮੀਕਲ ਬਚਦੇ ਨੇ, ਉਹ ਗੰਦਾ ਪਾਣੀ ਬਚਦਾ, ਉਹ ਸਾਰੇ ਨੂੰ ਉਹ ਟ੍ਰੀਟਮੈਂਟ ਪਲਾਂਟ 'ਚ ਲਿਜਾਣ ਦੀ ਬਜਾਏ ਧਰਤੀ ਛੱਡ ਰਹੇ ਸੀ। ਅਤੇ ਜਦੋਂ ਤੁਪਕਾ ਤੁਪਕਾ ਉਹ ਜ਼ਹਿਰ ਧਰਤੀ ਜਾਣਾ ਤਾਂ ਫਿਰ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਮੋਟਰਾਂ 'ਚੋਂ ਫਿਰ ਲਾਹਣੇ ਨਿਕਲਣੀ, ਕੱਚੀ ਸ਼ਰਾਬ ਇਹ ਨਿਕਲਣੀ, ਜ਼ਹਿਰੀ ਪਾਣੀ ਉਹ ਨਿਕਲਣਾ ਅਤੇ ਉਹਦਾ ਅਸਰ ਇਲਾਕੇ ਦੇ ਵਿੱਚ ਫਸਲਾਂ 'ਤੇ, ਨਸਲਾਂ 'ਤੇ, ਬੱਚਿਆਂ 'ਤੇ, ਪਸ਼ੂਆਂ ਪੰਛੀਆਂ 'ਤੇ। ਪਿਛਲੇ ਦਿਨ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਜਿਹੜਾ 500 ਮੀਟਰ ਦੂਰੀ 'ਤੇ ਹੈ ਜਿਹਦਾ ਘਰ ਉਹ ਸ਼ਰਾਬ ਦੀ ਫੈਕਟਰੀ ਤੋਂ, ਅਤੇ ਖੇਤ ਉਹਦਾ ਖੇਤ ਹੈ ਸ਼ਰਾਬ ਦੀ ਫੈਕਟਰੀ ਦੇ ਮੂਹਰੇ। ਅਤੇ ਇਹ ਸਭ ਦੇ ਬਾਵਜੂਦ ਵੀ ਉਹ ਤਿਰ ਮੰਨਣ ਲਈ ਤਿਆਰ ਨਹੀਂ। ਇਸੇ ਕਮੇਟੀ ਦੀ ਰਿਪੋਰਟ ਦੇ ਵਿੱਚ ਸਾਇੰਸ ਟੈਕਨੋਲੋਜੀ ਵਿਭਾਗ ਦੀਆਂ ਰਿਪੋਰਟਾਂ ਵੀ ਲੱਗੀਆਂ, ਉਹ ਰਿਪੋਰਟਾਂ ਵੀ ਕਹਿੰਦੀਆਂ ਕਿ ਫੈਕਟਰੀ ਨਿਯਮਾਂ ਦਾ ਪਾਲਣ ਨਹੀਂ ਕਰ ਰਹੀ, ਫੈਕਟਰੀ ਪੂਰੇ ਨੋਰਮ ਨਹੀਂ ਪਾਲ ਰਹੀ। ਫੈਕਟਰੀ ਨੂੰ ਜਦੋਂ ਬੁਲਾਇਆ ਗਿਆ, ਨੁਮਾਇੰਦਿਆਂ ਨੂੰ ਬੁਲਾਇਆ ਗਿਆ ਤਾਂ ਨਹੀਂ ਆਏ, ਅਤੇ ਕਮੇਟੀ ਵੀ ਕਹਿੰਦੀ ਹੈ, ਕਮੇਟੀ ਨੇ ਲੋਕਾਂ ਦੇ ਹਵਾਲੇ ਨਾਲ ਵੀ ਲਿਖਿਆ ਕਿ ਲੋਕਾਂ ਨੇ ਦੱਸਿਆ ਕਿ ਸਾਡੇ 'ਤੇ ਅਸਰ ਪੈਂਦਾ ਜੀ, ਧੂੰਆਂ ਆਉਂਦਾ ਜੀ, ਮੱਖੀਆਂ ਆਉਂਦੀਆਂ ਜੀ, ਬਿਮਾਰੀਆਂ ਆਉਂਦੀਆਂ, 2010 ਦੀ ਗੱਲ ਹੈ ਅਤੇ ਅੱਜ 2023 'ਚ ਖੜ੍ਹੇ ਹਾਂ। ਅਤੇ ਇਹਨਾਂ 12-13 ਸਾਲਾਂ ਦੇ ਵਿੱਚ ਵੀ ਸਰਕਾਰਾਂ ਬਦਲਦੀਆਂ ਰਹੀਆਂ, ਸਿਸਟਮ ਬਦਲਦਾ ਰਿਹਾ, ਪਰ ਲੋਕਾਂ ਦੀ ਸਾਰਨੀ ਲਈ ਅੱਕੇ ਲੋਕਾਂ ਨੂੰ ਹੁਣ ਧਰਨਾ ਲਾਉਣਾ ਪਿਆ। ਇਹਦੇ ਲਈ ਜਿੱਥੇ ਅਕਾਲੀ, ਬੀਜੇਪੀ ਅਤੇ ਕਾਂਗਰਸ ਦੋਸ਼ੀ ਨੇ, ਉੱਥੇ ਮੌਜੂਦਾ ਸਰਕਾਰ 'ਤੇ ਇਸ ਲਈ ਸਵਾਲ ਹੈ ਕਿ ਘੱਟੋ ਘੱਟ ਤੁਹਾਤੋਂ ਲੋਕਾਂ ਨੂੰ ਉਮੀਦ ਸੀ ਕਿ ਤੁਸੀਂ ਬਦਲਾਅ ਵਾਲਾ ਕੰਮ ਕਰੋਗੇ। ਜੇਕਰ ਉਹ ਸ਼ਰਾਬ ਦੀਆਂ ਵਪਾਰੀਆਂ ਨਾਲ ਮਿਲੇ ਨੇ, ਉਹ ਇਹਨਾਂ ਘਰਾਣਿਆਂ ਨਾਲ ਮਿਲੇ ਨੇ, ਤਾਂ ਘੱਟੋ ਘੱਟ ਤੁਸੀਂ ਲੋਕਾਂ ਨਾਲ ਖੜੋਗੇ। ਪਰ ਹੋਇਆ ਕੀ? ਹੋਇਆ ਇਹ ਕਿ ਜਿਹੜੀ ਸ਼ਰਾਬ ਦੀ ਫੈਕਟਰੀ ਆ ਉੱਥੇ ਕੋਰਟ ਪਹੁੰਚ ਗਈ ਅਤੇ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰੀ ਵਕੀਲਾਂ ਦੀ ਟੀਮ ਨੇ
ਸਾਡੇ ਐਡਵੋਕੇਟ ਜਰਨਲ ਅਤੇ ਉਹਦੀ ਟੀਮ ਨੇ ਲੋਕਾਂ ਦੇ ਪੱਖ ਤੋਂ ਖੜਨ ਦੀ ਬਜਾਏ ਜੁਰਮਾਨਾ ਭਰਨਾ ਮਨਜ਼ੂਰ ਕੀਤਾ। ਜੀ ਹਾਂ, 20 ਕਰੋੜ ਰੁਪਈਆ 5 ਕਰੋੜ ਪਹਿਲਾਂ ਅਤੇ 15 ਕਰੋੜ ਬਾਅਦ 'ਚੋਂ ਬੰਦ ਸ਼ਰਾਬ ਦੀ ਫੈਕਟਰੀ ਨੂੰ ਅਦਾ ਕਰਨ ਦਾ ਤੈਅ ਕੀਤਾ ਪੰਜਾਬ ਸਰਕਾਰ ਨੇ। ਅਤੇ ਉਹ ਪੈਸਾ ਲੋਕਾਂ ਦਾ ਪੈਸਾ ਹੈ, ਅਤੇ ਫੈਕਟਰੀ ਨੂੰ ਕੀ ਹੈ, ਧਰਨਾ ਹੋਰ ਚੱਲੀ ਜਾਵੇ ਫਿਰ, ਅਗਲਿਆਂ ਦਾ ਘਾਟਾ ਤਾਂ ਬੰਦ ਹੋ ਕੇ ਵੀ ਪੂਰਾ। ਜਦੋਂ ਕਿ ਚਾਹੀਦਾ ਇਹ ਸੀ ਕਿ ਪੰਜਾਬ ਸਰਕਾਰ ਲੋਕਾਂ ਪੱਖੋਂ ਖੜ੍ਹਦੀ ਕਿ ਜਨਾਬ ਅਦਾਲਤ 'ਚ ਤੱਥ ਰੱਖਦੀ ਕਿ ਸਾਹਿਬ ਇਹ ਫੈਕਟਰੀ ਨੂੰ ਜੁਰਮਾਨਾ ਭਰਨਾ ਨਹੀਂ, ਫੈਕਟਰੀ ਤੋਂ ਜੁਰਮਾਨਾ ਵਸੂਲਣਾ ਹੈ। ਲੋਕਾਂ ਦੀ ਜ਼ਿੰਦਗੀ ਦਾ ਮਸਲਾ ਹੈ, ਲੋਕਾਂ ਦੀ ਜ਼ਮੀਨਾਂ ਦਾ ਮਸਲਾ, ਲੋਕਾਂ ਦੇ ਬੱਚਿਆਂ ਦਾ ਮਸਲਾ, ਪਾਣੀ ਅਤੇ ਹਵਾ ਦਾ ਮਸਲਾ। ਚਲੋ ਮੈਂ ਹੋਰ ਪਹਿਲੂ ਦੱਸ ਦਿੰਦਾ ਜਨਾਬ ਕਿ ਪਿਛਲੇ ਸਾਲ ਸਵਾ ਸਾਲ ਦੇ ਦਰਮਿਆਨ ਇਸ ਪਿੰਡ ਦੇ ਖੇਤਰ ਦੇ ਅੰਦਰ ਜਿੱਥੇ ਫੈਕਟਰੀ ਲੱਗੀ ਹੋਈ ਹੈ ਸ਼ਰਾਬ ਦੀ, ਉਸ ਖੇਤਰ ਦੇ ਪਿੰਡ ਦੇ ਲੋਕਾਂ ਦੇ ਪਸ਼ੂ ਮਰਨੇ ਸ਼ੁਰੂ ਹੋਏ। ਉਸ ਨੂੰ ਕਹਿੰਦੇ ਇਹ ਪਾਣੀ ਕਰਕੇ ਹੋਇਆ ਜਾਂ ਫਸਲਾਂ 'ਚ ਜ਼ਹਿਰ ਨਹੀਂ ਆ ਗਈ, ਕਿਉਂਕਿ ਇਹ ਵੀ ਤੱਥ ਸਾਹਮਣੇ ਆਉਂਦੇ ਨੇ ਕਿ ਸ਼ਰਾਬ ਦੀ ਫੈਕਟਰੀ ਵਾਲੇ ਰਾਤਾਂ ਨੂੰ ਕਈ ਵਾਰ ਟੈਂਕਰ ਭਰਦੇ ਨੇ, ਤਾਂ ਹੀ ਫਲੈਕਸੀਬਲ ਪਾਈਪਾਂ ਕੰਮ ਕਰਦੀਆਂ ਨੇ ਨਾ, ਕਹਿੰਦੇ ਉਹ ਟੈਂਕਰ ਭਰਦੇ ਨੇ ਖੇਤਾਂ 'ਚ ਛੱਡੇ ਆਉਂਦੇ ਨੇ, ਉਹ ਟੈਂਕਰ ਨੂੰ ਖੇਤਾਂ 'ਚ ਖਾਲੀ ਕਰ ਦਿੰਦੇ ਨੇ। ਇਸ ਹਵਾਲੇ ਨਾਲ ਇਹ ਸਵਾਲ ਆਇਆ ਅਤੇ ਫਿਰ ਉਹ ਪਸ਼ੂ ਮਰਦੇ ਨੇ। ਜਦੋਂ ਕਹਿੰਦੇ ਕਿ ਇਸ ਇਲਾਕੇ ਦੇ ਵਿੱਚ, ਉਸ ਮਨਸੂਰ ਵਾਲਾ ਪਿੰਡ ਦੇ ਇਲਾਕੇ 'ਚ ਪਸ਼ੂ ਮਰਨੇ ਸ਼ੁਰੂ ਹੋਏ, ਤਦ ਮੌਜੂਦਾ ਸਰਪੰਚ ਜਿਹੜੇ ਹੁਣ ਨੇ ਜਾਂ ਜਿਹੜੇ ਸਾਬਕਾ ਸਰਪੰਚ ਨੇ, ਉਹਨਾਂ ਸਰਪੰਚਾਂ ਨੇ ਇਸ ਫੈਕਟਰੀ ਤੱਕ ਪਹੁੰਚ ਕੀਤੀ ਅਤੇ ਫੈਕਟਰੀ ਨੇ ਇਸ ਮਸਲੇ ਨੂੰ ਨਿਬੇੜਨ ਦਾ ਪੈਸੇ ਨਾਲ ਫਾਰਮੂਲਾ ਕੱਢਿਆ। ਅਤੇ ਪੈਸੇ ਨਾਲ ਫਾਰਮੂਲਾ ਕੱਢਿਆ ਕਿ ਚੁੱਪ ਕਰ ਜਾਓ, ਬਸ ਤੁਹਾਨੂੰ ਤੁਹਾਡੇ ਮਰੇ ਹੋਏ ਪਸ਼ੂਆਂ ਦੇ ਮੁਆਵਜ਼ੇ ਦੇ ਦਿਓ, ਤੁਸੀਂ ਪਸ਼ੂ ਨਵੇਂ ਲੈ ਲਓ। ਅਤੇ ਕੀ ਕਿਹਾ, ਕੁਝ ਚੈਨਲਾਂ 'ਤੇ ਖਾਸ ਕਰ BBC ਨੇ ਰਿਪੋਰਟ ਕੀਤੀ ਕਿ ਉਹ ਚੈਨਲਾਂ ਦੇ ਪ੍ਰਬੰਧਕਾਂ ਨੇ ਕਿਹਾ ਜੀ ਅਸੀਂ ਤਾਂ ਸਹਾਇਤਾ ਰਾਸ਼ੀ ਦਿੱਤੀ ਆ, ਕਿ ਕੀ ਸ਼ਰਾਬ ਦਾ ਉਦਯੋਗਪਤੀ ਇੰਨਾ ਮਿਹਰਬਾਨ ਹੋ ਗਿਆ, ਉਹਨੂੰ ਕਿਸਾਨਾਂ ਦੀ ਜਾਂ ਡੇਅਰੀ ਵਾਲਿਆਂ ਦੀ ਜਾਂ 1-2 ਦੁਧਾਰੂ ਪਸ਼ੂ ਰੱਖਣ ਵਾਲਿਆਂ ਦੇ ਗਰੀਬ ਗਰੂਬੇ ਪਰਿਵਾਰਾਂ ਦੀ ਇੰਨੀ ਫਿਕਰ ਹੋ ਗਈ ਕਿ ਉਹਨਾਂ ਨੂੰ ਮੁਆਵਜ਼ੇ ਦੇਣ ਲੱਗ ਗਏ? ਜੀ ਹਾਂ, ਬਕਾਇਦਾ ਤੌਰ 'ਤੇ ਜਿਨ੍ਹਾਂ ਦੇ ਪਸ਼ੂ ਮਰੇ ਉਹਨਾਂ ਤੋਂ ਸਿੱਧੇ ਉਹਨਾਂ ਦੇ ਖਾਤੇ ਲਏ ਅਤੇ ਉਹਨਾਂ ਦੇ ਖਾਤਿਆਂ 'ਚ ਪੈਸੇ ਅਦਾ ਕੀਤੇ, ਜਿਹਦੇ ਵਿੱਚ ਕਰੀਬ ਕਈਆਂ ਨੂੰ 25,000, ਕਈਆਂ ਨੂੰ 30,000, ਕਈਆਂ ਨੂੰ 40,000, ਜੇ 2 ਪਸ਼ੂ ਨੇ ਤਾਂ 50,000। ਸੋ ਇਸ ਤਰ੍ਹਾਂ ਗਊਆਂ ਮੈਸਾਂ ਦੇ 1 ਪਸ਼ੂ 2 ਪਸ਼ੂਆਂ ਦੇ ਹਵਾਲੇ ਨਾਲ 10 ਲੱਖ ਰੁਪਈਆ ਉਸ ਸ਼ਰਾਬ ਦੀ ਫੈਕਟਰੀ ਨੇ ਜਿਹੜੇ ਪਸ਼ੂਆਂ ਦੀ ਜਾਨ ਗਈ ਉਹਨਾਂ ਦੇ ਮਾਲਕਾਂ ਨੂੰ ਦਿੱਤਾ। ਅਤੇ ਫਿਰ ਜੇਕਰ ਇਹ ਸਹਾਇਤਾ ਰਾਸ਼ੀ ਸੀ ਤਾਂ ਪਿਛਲੇ ਦਿਨਾਂ 'ਚ ਲੰਮੀ ਸੰਖੇ ਨਾਲ ਕਿੰਨੇ ਪਸ਼ੂ ਮਰੇ ਨੇ ਜਨਾਬ? ਕੀ ਸ਼ਰਾਬ ਦੀ ਫੈਕਟਰੀ ਨੇ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਦਿੱਤਾ? ਜਾਂ ਕਿਸਾਨ ਅੰਦੋਲਨ ਦੌਰਾਨ ਕਿੰਨੇ ਘਰਾਂ ਦੇ ਜੀ ਗਏ ਨੇ? ਕੀ ਇਹ ਸ਼ਰਾਬ ਦੀਆਂ ਫੈਕਟਰੀਆਂ ਉਹਨਾਂ ਦੀ ਸਹਾਇਤਾ ਲਈ ਸਾਹਮਣੇ ਆ ਗਈਆਂ ਸੀ ਜੇ ਸਹਾਇਤਾ ਰਾਸ਼ੀਆਂ ਵੰਡਦੇ ਨੇ? ਸੋ ਮੁਆਵਜ਼ਾ ਕਿਉਂ? ਇਹਦਾ ਮਤਲਬ ਉਹਨੂੰ ਪਤਾ ਸੀ ਕਿ ਅਸੀਂ ਫਸ ਸਕਦੇ ਹਾਂ, ਉਹ ਚਨਾ ਕਿਤੇ ਸਾਹਮਣੇ ਆਏ ਨਾ ਕੁਛ ਹੈ, ਸਿੱਧੇ ਖਾਤੇ ਲਏ ਅਤੇ ਉਹਨਾਂ ਦੇ ਖਾਤਿਆਂ 'ਚ ਪੈਸੇ ਟ੍ਰਾਂਸਫਰ ਕੀਤੇ। ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਉਹਨੂੰ ਹਰਜਾਨੇ ਭਰ ਰਹੀ ਆ। ਅਤੇ ਇੱਕ ਹੋਰ ਪਹਿਲੂ ਇਹ ਸਾਰੇ ਮਾਮਲੇ 'ਚ, ਇੱਕ ਪਹਿਲੂ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਜਿਹੜੇ ਧਰਨਾਕਾਰੀਆਂ 'ਤੇ ਪਰਚੇ ਦਰਜ ਕੀਤੇ ਨੇ ਉੱਥੇ ਉਹਨਾਂ ਦੀਆਂ ਜ਼ਮੀਨਾਂ ਤੱਕ ਨਾਲ ਅਟੈਚ ਕੀਤੀਆਂ ਨੇ। ਬੇਸ਼ੱਕ ਅਸਲੇ ਦੇ ਲਾਇਸੈਂਸ ਵੀ ਰੱਦ ਕਰਨ ਦੀਆਂ ਗੱਲਾਂ ਕੀਤੀਆਂ, ਅਸਲਾ ਵੀ ਜਮ੍ਹਾਂ ਕਰਾਇਆ, ਉਹ ਵੱਖਰਾ ਪਹਿਲੂ ਹੈ, ਪਰ ਉਹ ਕਹਿੰਦੇ ਲਾਇਸੈਂਸ ਬਹਾਲ ਵੀ ਹੋ ਗਏ ਕੁਝ ਦੇ, ਪਰ ਜਿਹੜੇ ਬਾਕਾਇਦਾ ਤੌਰ 'ਤੇ ਉਹਨਾਂ ਦੀ ਜ਼ਮੀਨਾਂ ਦੇ ਨੰਬਰ ਨੇ ਉਹ FIR 'ਚ ਨਾਲ ਚੜ੍ਹਾਏ ਹੋਏ ਨੇ। ਸੋ ਇਹ ਨਵੇਕਲੇ ਪਹਿਲੂ ਉੱਪਰ ਕੇ ਸਾਹਮਣੇ ਆ ਰਹੇ ਨੇ, ਚਾਹੇ 2010 ਦੀ ਪੰਜਾਬ ਵਿਧਾਨ ਸਭਾ ਦੀ ਰਿਪੋਰਟ ਹੋਵੇ, ਚਾਹੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੀ ਫੈਕਟਰੀ ਨੂੰ 20 ਕਰੋੜ ਰੁਪਈਆ ਅਦਾ ਕਰਨ ਦਾ ਪਹਿਲੂ ਹੋਵੇ, ਚਾਹੇ ਉਸ ਸ਼ਰਾਬ ਦੀ ਫੈਕਟਰੀ ਦੇ ਮਾਲਕਾਂ ਵੱਲੋਂ ਜਿਨ੍ਹਾਂ ਦੇ ਪਸ਼ੂ ਮਰੇ ਉਹਨਾਂ ਨੂੰ 10 ਲੱਖ ਰੁਪਈਆ ਦੇਣ ਦਾ ਸਵਾਲ ਹੋਵੇ। ਸੋ ਚਾਹੇ ਇਸ ਰਿਪੋਰਟ ਦੇ ਹਵਾਲੇ ਨਾਲ ਗੱਲ ਹੋਵੇ ਅਤੇ ਚਾਹੇ ਉਸ ਰੋਸ ਮੁਜ਼ਾਹਰੇ ਦੇ ਹਵਾਲੇ ਨਾਲ ਗੱਲ ਹੋਵੇ, ਇਹ ਮੁੱਦਾ ਪੰਜਾਬ ਦੇ ਵਿੱਚ ਹੁਣ ਵਾਤਾਵਰਨ ਦਾ ਬਣ ਗਿਆ, ਇਸ ਨੂੰ ਹਵਾ ਪਾਣੀ ਦਾ ਮੁੱਦਾ ਬਣ ਗਿਆ, ਅਤੇ ਮੋਰਚਾ ਜਿਹੜਾ ਜੀਰਾ ਮੋਰਚਾ ਸਾਂਝਾ ਮੋਰਚਾ ਚੱਲ ਰਿਹਾ ਉਸ ਨੂੰ ਜਿਵੇਂ ਕਿਸਾਨ ਜਥੇਬੰਦੀਆਂ ਨੇ ਆਪ ਮੁਹਾਰੇ ਹੁਣ ਸਮਰਥਨ ਦੇਣਾ ਸ਼ੁਰੂ ਕੀਤਾ, ਉੱਥੇ ਇਕੱਤਰਤਾ ਹੁਣ ਸ਼ੁਰੂ ਹੋਈ ਹੈ, ਉਹਦੇ ਨਾਲ ਸਰਕਾਰ ਦੀਆਂ ਵੀ ਅਤੇ ਸ਼ਰਾਬ ਮਾਫੀਏ ਦੀਆਂ ਵੀ, ਜਿਹੜਾ ਸਰਕਾਰੀ ਸ਼ਰਾਬ ਮਾਫੀਆ ਬਣ ਗਿਆ, ਕਿਉਂਕਿ ਮੰਨਿਆ ਜਾ ਰਿਹਾ ਕਿ ਇਹਨਾਂ ਨੂੰ ਸਰਕਾਰੀ ਸ਼ੈਅ ਹੁੰਦੀ ਹੈ, ਕਾਰਪੋਰੇਟ ਘਰਾਣਿਆਂ ਨੂੰ ਰਾਜਨੀਤਿਕ ਧਿਰਾਂ ਦੀ ਸ਼ੈਅ ਹੁੰਦੀ ਹੈ, ਅਤੇ ਮੌਜੂਦਾ ਸ਼ਰਾਬ ਦੀ ਫੈਕਟਰੀ ਦਾ ਨਾਤਾ ਦਿੱਲੀ ਸਰਕਾਰ ਦੀ ਐਕਸਾਈਜ਼ ਪਾਲਿਸੀ 'ਚ ਵੀ ਵੱਜਦਾ, ਕਹਿੰਦੇ ਇਹ ਨਾ ਉੱਥੇ ਵੀ ਵੱਜਦਾ। ਸੋ ਕੀ ਇਹ ਤਾਰਾਂ ਕੇਜਰੀਵਾਲ ਰਾਘਵ ਚੱਡਾ ਤੋਂ ਹਿਲਦੀਆਂ ਨੇ ਜਾਂ ਭਗਵੰਤ ਮਾਨ ਦੇ ਹੱਥ ਕੁਝ ਨਹੀਂ ਹੈ, ਉੱਥੋਂ ਸੁਨੇਹਾ ਨਹੀਂ ਆਇਆ, ਅਤੇ ਇਸ ਲਈ ਇਹ ਸ਼ਰਾਬ ਮਾਫੀਆ ਪੰਜਾਬ ਦੀ ਆਬੋ ਹਵਾ 'ਚ ਜ਼ਹਿਰ ਘੋਲ ਰਿਹਾ ਅਤੇ ਉੱਧਰ ਲੋਕ ਰੋਸ਼ ਮੁਜ਼ਾਹਰੇ ਕਰਨ ਲਈ ਮਜਬੂਰ ਨੇ? ਪਰ ਇਹ ਨਵੇਂ ਪਹਿਲੂ ਨੇ ਜਨਾਬ,
कि 20 करोड़ रुपया सरकार अदा करती है तो 10 लाख रुपया वो पशुओं के भी मुआवजे हैं फैक्ट्री वाले भी देंगे ने तो इधर रिपोर्टा कहदियां ने कि वो जी मतलब कि पोल्यूशन फैलाते हैं नियमों का पालन नहीं करते 2010 से फैक्ट्री डिफाल्टर सी ते पर उहदे बावजूद भी फैक्ट्री भी चलती है उन्होंने नियमों भी छिके टंग दिता जाता है तो लोगों को मजबूर होने छड़ दिता जाता सो इसलिए जीरे मोर्चे पड़ा दर पड़ा नवे मोड़ आते जा रहे हैं पर मोर्चा चढ़ती कला च चलो जे सरकार की गल चली है तो थोड़ी जी मंत्री साहबाना की भी गल कर लें 10 महीने हुए सरकार नूं वो भी अजे पूरे नहीं हुए इन्हां 10 महीनों 10वां महीना लग्या ही है अजे 10 महीनों सरकार दे विच विभागां की अदला बदली 2 मंत्री बाहर 10 महीनों भ्रष्टाचारी मामले 2 मंत्री बाहर हो गए 10 महीनों 3 सेहत मंत्री मिल गए मतलब इन्ना बड़ा बदलाव यह बदलाव तो नहीं चाहिया सी पंजाब ने 2 पहलू ने जनाब पहला पहलू कि पिछलियां सरकारां अकाली दल की सरकार जिस बीजेपी भी भाईवाल रही है चाहे भ्रष्टाचारी की गल करे है चाहे वह पंजाब च नलायक सिस्टम की गल करे बच नहीं सकती तुसी अकाली बीजेपी दी सरकारां च भाईवाल रहे पर उन्होंने भ्रष्टाचारा की गल हो चाहे कांग्रसी भ्रष्टाचार की गल हो विजिलेंस फोल रही है जी फाइलों किसी की ईडी फोल रही है जी किसी के होर विभाग लगे ने जांच एजेंसियां लगियां ने पर उन्होंने अपनिया सरकारों के समय या एक दूजे की सरकारों के समय क्लीन चिट्टा मिलदिया रही जे कोई सवाल मसला उठा भी तद मंत्रियों राजनीतिक लीडरों को क्लीन चिट्टा मिलदिया भी रही चाहे खड्डा का मसला हो पर हुण वाली सरकार दम भरती है कि देखो जी असी तो बहुत पारदर्शी हाँ बेशक सरारी ने इन्ने महीने बचा के रख्या तो बेशक विजय सिंगले के मामले के कहते देर नहीं की कि लो जी जदे बाहर करता जो कि कहते तत्थ कोई सामने ही नहीं आया ट्रांजैक्शन कोई नज़र नहीं आई पर अगले दम भरते हैं कि देखो जी साढ़े असी इन्ना तो किया कि 2 मंत्री सवालों के घेरे च आए असी 10 महीनों 2 मंत्री कढ़ के बाहर किए दूजियां तो यह भी नहीं किया पर दूसरा पहलू यह भी है कि जेड़े कहते असी कट्टड़ ईमानदार हाँ यह नवा शब्द क्रिएट हो गया हम साडे सिस्टम च कि ईमानदार तो ईमानदार ही होंगे कट्टड़ ईमानदार भी होंगे कोई सो इसलिए कहते जी असी देखो जी 2 महीनों 10 महीनों 2 मंत्री बाहर हो गए सो विजय सिंगला तो हुण सरारी पर जिहड़ा मंत्रालयों का सवाल है सेहत मंत्री पहला विजय सिंगला सी फिर जोड़ा माजरा बन गया जोड़े माजरे तो बाद हुण डॉक्टर बलबीर बन गए हुण डॉक्टर बलबीर का बनना ये भी 2 पहलू ने डॉक्टर बलबीर होरी ऑलरेडी एक चंगे डॉक्टर वजो जाने जाते हैं अखा के माह डॉक्टर ने इस विषय को समझते हैं मैडिकल खेत्र दी समस्यावां जानते हैं उन्होंने मुश्किल जानते हैं उन्होंने लोड़ां नूं जानते हैं इसलिए एक पहलू यह है कि उन्होंने तो बहुत आस है कि वह चंगा कर सकते हैं संबंधित व्यक्ति विभाग मिले जिहड़ा इस खेत्र का माहर भी है तो इसलिए इस पहलू के उत्ते कि चाहे दवाइया का मसला है चाहे डॉक्टर की भर्ती का मसला है चाहे स्टाफ की भर्ती का मसला है चाहे उन्होंने इमारतों का मसला है चाहे अमले फाले का मसला है चाहे सिस्टम को चलाने का मसला है वो उन्होंने सारा पता है पर जिथे यदा फायदा हो सकता है कि मैडिकल खेत्र चो वड्डा सुधार लिया सकते हैं उत्थे दूजा खतरा भी खड़ा होंदा क्योंकि मैडिकल खेत्र च कमीशन का खेड़ बहुत वड्डा तो जेकर उस खेत्र का माहर बंदा होवे तो उन्हें चोर मोरियां भी सारिया पता होणगियां उन्होंने फार्मूले भी सारे पते होणगे कि हाँ एक दवाई के उत्ते रेट है 62,000 MRP 62,000 टीके ते पर वो टीका बाजार दे विच्चों 16,000 का भी मिल जाता सो इहदा मतलब जिहड़ा 21,000 62,000 वाला टीके 16,000 च भी खरीद रहा है तो वो बचाले जिहड़ा पाड़ा है उस दी ते कमाई कोई करता है ना सो इसलिए वह MRP तक बिक सकता इस तरह ही कमीशनां दे खेड़ ने दवाइया के खरीद के खेड़ ने जां मैडिकल दीआं सीटां तक बेचण दे पहलू ने सो इस पहलू तो फिक्रमंदी भी खड़ी है कि भाई जिहड़ा बंदा इस खेत्र का माहर हुंदा उस खेत्र च कुछ होर भी ना हो जाए यह फिक्रमंदी भी है तो डॉक्टर बलबीर होरां दे नाल कुछ पुराने विवाद भी चर्चा विच ने इसलिए वह विवाद फिर खड़ा होण दे पर डॉक्टर बलबीर होरी अपनी जीवन शैली लई अपने डॉक्टरी पेशे लई बहुत जाने जाते हैं तो इस काम की उन्होंने उम्मीद भी लोगों ने बहुत की है तो अन्ना हजारे तो केजरीवाल नाल जुड़े ने इसलिए उसका फल भी मिले पर दूसरे पासे पंजाब दे विच सब तो वड्डा सी माइनिंग का मामला सरकार बनी मीथियर को माइनिंग माफिया माइनिंग मंत्रालय मतलब माफिया ही है ना पंजाब तो माइनिंग मंत्रालय गया तो मीथियर तो लैके हरजोत बैंस नूं दिता गया तो हुण फिर हरजोत बैंस तो लैके मीथियर नूं दिता गया सो आदान प्रदान जेलां विभाग हरजोत बैंस तो लैके हुण मुख्यमंत्री साहब ने अपने कोल लै लिया सो सरकार दे अंदर अजे तालमेल ठीक नहीं बैठ रहा तो रहिंदा खुंदा अफसरां नाल बिगड़ गई IAS ते PCS अफसर दोए बागी हो गए क्योंकि उन्होंने खिलाफ़ जो कार्रवाई खुलती है फिर वो इकट्ठे हो जाते हैं सवाल यह है कि जो कानूनी प्रक्रिया है जो परचा दर्ज हो गया कोई शिकायत दर्ज हो गई तो कोर्ट कचहरी से भरोसा रखना IAS PCS अफसर भी लोगों भी तो यही छड़ते हैं सो हुण अपनी बार नूं कहिंदे नहीं जी परचे रद्द करो
केस वापस लो। सो एक पासे पांच पांच दिनों की हड़ताल से चले गए, दूजी तो राज चीफ सैकटरी तो लैके मुख्यमंत्री मिल के वह भी पंजाब 400 के करीब आई एस पी सी एस को अफसर है तो सारे अफसर कहते जी हम असर छुट्टी दे। सो यह मतलब सरकार छुट्टी दे जी, तो हूँ सरकार वो हल की कढ़ूगी देखने वाली गल है। जो कि पंजाब से लंबे समय तो चर्चा रही है कि भाई अफसरशाही नत्थ पाने की लड़ है, जेकर सिस्टम सुधारना तो अफसरशाही सुधरना भी पेगा तो सुधारना भी पेगा। पर इधर कहें जी कल विजिलेंस ही काम करती है, होर तो कम ही नहीं करती। हूँ विजिलेंस कि ईमानदार है तो कि नहीं है ये अपने आप बड़ा सवाल है। सो किन्ने ही पहलू इस मौके सरकार ने चुनौती बन के खड़े। चलो जाते जाते अकाली बीजेपी बड़ा 9 मास का रिश्ता रहा, बड़ा पुराना साथ रहा, दिल्ली दियां सरकारां तक मौजां माणियां अकाली दल ने, ते बीजेपी वाले इत्थे मंत्री बन के कहिंदे जी पावर नहीं साडे हत्थ आउंदी, असीं तां कल्ले अपने दम ते पावर लैणी आ। सो रिश्ता टुट्टिया ते हुण बीजेपी वाले कहिंदे ना असीं नहीं लड़ना। ते इधर अकाली दल वाले समें समें संकेत दिंदे रहे कि जे जावांगे तां दुबारा बीजेपी नाले जावांगे। सिकंदर सिंह मलूका ने जां अकाली दल दे घरां चों इह गल्लां निकलदियां रहियां कि उधर जाणा पैणा, उहदों बिना सरना नहीं। इधर पंजाब च बीजेपी दे पैर नहीं लग रहे अजे वी, उह अजे वी राह तलाशदी है, चेहरे भालदी है, बंदे भालदी है, मोढे लभदी है। तो पर सब के दरम्यान भी अश्विनी शर्मा जी कहते हैं कि भुल जाण अकाली दल वाले, साडा उन्हां नाल सियासी रिश्ता नहीं सी, क्योंकि बादल साहब भी अक्सर रौला पाते रहते हैं कि नहीं जी ये तो हिंदू सिख की एकता सी, वो भाई पार्टियां धर्मां नाल नहीं जुड़िया होंदियां, घट्टो घट बंदियां दे व्यक्तियां दे धर्मां नूं तुसीं अपनी राजनीतिक पार्टियां नाल ना जोड़ो। सो पर फिर भी इस नूं हिंदू सिख की एकता के नाँ ते वेचिया जांदा रहा। तो हुण अश्विनी शर्मा जी कहते ना अकाली दल नाल गठजोड़ नहीं हो सकता, सानू धोखा दिता जी, जे सियासी गठजोड़ हुंदा जी फिर साडा डिप्टी मुख्यमंत्री भी हुंदा, मुख्यमंत्री भी बादल साहब, उप मुख्यमंत्री भी उन्हां दा ही मुंडा। सो इसलिए वड्डा सवाल है जी, कहते साडे नाल धोखा होया, हुण उन्हां नाल नहीं जावांगे। पर की अश्विनी शर्मा जी नूं कोई दिल्ली तो हुक्म आया? क्योंकि इन्ना मैनू पता कि जे दिल्ली वालिया ने फैसला कर लिया, हाईकमांड ने फैसला कर लिया, हैं जेकर नड्डा जी ने, अमित शाह जी ने, जां नरेंद्र मोदी ने फैसला कर लिया कि कल फिर अकालियां नाले जफ्फी पाउणी आ, तो अश्विनी शर्मा जी की की मजाक लगे कल कुछ के जान? सो फिर नाल जाना ही पैना। सो फिलहाल उन्होंने दबका मारिया, जां उन्होंने एक भर तोलण की कोशिश की आ कि 2024 दियां लोक सभा सीटां असीं कल्ले अपने दम ते ही लड़ांगे, किसी नाल गठजोड़ नहीं करांगे, अकाली दल दा सवाल ही नहीं पैदा हुंदा। सो की अकाली दल नेड़े जाना चाहुंदा, जां अकाली दल नूं डरा के छोटा भाई बना के लिआउणा चाहुंदे ने, हैं जां फिर इह सिर्फ एक सियासी बयानबाजी आ? इहदे ते गौर करन दी लोड़ आ। आउंदे दिनां च तस्वीर काफ़ी साफ होएगी, ते असीं फिर चर्चा लैके हाजिर होवांगे। तुसीं वेखदे रहो लिबरल टीवी, लोकां दी आवाज़, लोकां लई।